ਦੇਖੋ ਇਹ ਪ੍ਰਵਾਸੀ ਮਜ਼ਦੂਰ ਜਿਹੜੇ ਇੱਥੇ ਲੇਬਰ ਕਰਕੇ ਕਮਾਈ ਕਰਨ ਆਏ ਸੀਗੇ, ਆਪਣਾ ਗੰਨੇ ਦੀ ਸਿਲਾਈ ਕਰਦੇ ਸੀਗੇ, ਉਹ ਗੰਨੇ ਦਾ ਕੰਮ ਜਿਹੜਾ ਕਾਫੀ ਦੇਰ ਤੋਂ ਖਤਮ ਹੋ ਚੁੱਕਾ। ਇਹ ਇੱਥੇ ਬੈਠੇ ਆ, ਬਹਿ ਕੇ ਰਾਸ਼ਨ ਪਾਣੀ ਖਾ ਰਹੇ ਆ, ਔਰ ਇਹਨਾਂ ਦਾ ਰਹਿਣ ਦਾ ਕੋਈ ਵਧੀਆ ਇੰਤਜ਼ਾਮ ਨਹੀਂ ਹੈਗਾ। ਔਰ ਇਹ ਕੰਮ ਮੁੱਕ ਚੁੱਕਾ, ਇਹ ਇੱਥੋਂ ਜਾਣਾ ਚਾਹੁੰਦੇ ਆ। ਇਹਨਾਂ ਦੇ ਪਰਿਵਾਰ ਜਿਹੜੇ ਬੜੇ ਪਰੇਸ਼ਾਨ ਆ, ਉਹ ਇੱਥੇ ਫੋਨ ਕਰਦੇ ਵਾਰ ਵਾਰ ਕਿ ਪਤਾ ਨਹੀਂ ਕੀ ਹੋ ਜਾਣਾ, ਹਾਲਾਤ ਜਿਹੜੇ ਆ ਉਹ ਵੱਧ ਤੋਂ ਬੱਤਰ ਹੋਏ ਪਏ ਆ। ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਲਾਕਡਾਊਨ ਦੇ ਹੁਕਮ ਦੇ ਇਹਨਾਂ ਹੁਕਮਾਂ 'ਤੇ ਚੱਲਦਿਆਂ ਸਮੁੱਚੇ ਭਾਰਤ ਵਿੱਚ ਰੇਲ ਸੇਵਾਵਾਂ, ਇਸ ਤੋਂ ਇਲਾਵਾ ਲੰਮੀ ਦੂਰੀ ਦੀਆਂ ਬੱਸਾਂ ਦੀਆਂ ਸੇਵਾਵਾਂ ਵੀ ਹਾਲ ਦੀ ਘੜੀ ਮੁਅੱਤਲ ਹੋ ਚੁੱਕੀਆਂ ਹਨ। ਇਹਨਾਂ ਹਾਲਾਤਾਂ ਵਿੱਚ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਕੰਮ ਕਰਨ ਆਏ ਦੂਸਰੀਆਂ ਸਟੇਟਾਂ ਦੇ ਪ੍ਰਵਾਸੀ ਮਜ਼ਦੂਰ ਬੁਰੀ ਤਰ੍ਹਾਂ ਫਸ ਕੇ ਰਹਿ ਗਏ ਹਨ। ਅੱਜ ਜਦੋਂ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਵੇਖਿਆ ਗਿਆ ਤਾਂ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਕਿਸਾਨਾਂ ਦੇ ਫਾਰਮ ਹਾਊਸਾਂ ਜਾਂ ਘਰਾਂ ਵਿੱਚ ਰੁਕਣ ਲਈ ਮਜਬੂਰ ਹਨ। ਉਹਨਾਂ ਦੇ ਰਹਿਣ ਲਈ ਢੁੱਕਵੀਂ ਜਗ੍ਹਾ ਨਾ ਹੋਣ ਕਾਰਨ ਪ੍ਰਵਾਸੀ ਮਜ਼ਦੂਰ ਸਿਹਤ ਵਿਭਾਗ ਦੀਆਂ ਹਦਾਇਤਾਂ ਤੋਂ ਰਹਿਤ ਲਈ ਮਜਬੂਰ ਹਨ। ਇਸ ਮੌਕੇ ਪਿੰਡ ਡੇਰੀਵਾਲ ਦਰੋਗਾ ਵਿੱਚ ਗੱਲਬਾਤ ਕਰਦੇ ਹੋਏ ਮਜ਼ਦੂਰਾਂ ਦੇ ਲੰਬੜਦਾਰ ਗਜਿੰਦਰ ਪਟੇਲ ਨੇ ਦੱਸਿਆ ਕਿ ਉਸ ਦੇ ਨਾਲ 15 ਸਾਥੀ ਰਹਿ ਰਹੇ ਹਨ। ਇਸੇ ਤਰ੍ਹਾਂ ਮੁਹੰਮਦ ਫਾਰੂਕ ਨੇ ਦੱਸਿਆ ਕਿ ਉਸ ਦੇ ਨਾਲ ਵੀ 20 ਦੇ ਕਰੀਬ ਸਾਥੀ ਰਹਿ ਰਹੇ ਹਨ। ਇਸੇ ਤਰ੍ਹਾਂ ਬੇਸਤ ਮੰਡਲ ਅਤੇ ਮੁਸਤਾਕ ਮੁਹੰਮਦ ਨੇ ਵੀ ਦੱਸਿਆ ਕਿ ਉਸ ਦੇ ਨਾਲ ਵੀ ਦਰਜਨ ਤੋਂ ਵੱਧ ਮਜ਼ਦੂਰ ਰਹਿ ਰਹੇ ਹਨ। ਮਜ਼ਦੂਰਾਂ ਅਤੇ ਉਹਨਾਂ ਦੇ ਠੇਕੇਦਾਰ ਨੇ ਦੱਸਿਆ ਕਿ ਉਹਨਾਂ ਨੇ 4 ਤੋਂ 5 ਮਹੀਨੇ ਤੱਕ ਪੰਜਾਬ ਵਿੱਚ ਮਿਹਨਤ ਕੀਤੀ ਹੈ ਅਤੇ ਮਿਹਨਤ ਦਾ ਪੈਸਾ ਉਹ ਆਪਣੇ ਪਰਿਵਾਰਾਂ ਨੂੰ ਭੇਜ ਚੁੱਕੇ ਹਨ। ਆਪ ਲੋਕ ਕਿਆ ਚਾਹਤੇ ਹੈ ਔਰ ਆਪਕੋ ਕਿਆ ਮੁਸ਼ਕਿਲ ਆ ਰਹੀ ਹੈ? ਹਮ ਲੋਕ ਚਾਹ ਰਹੇ ਜੀ, ਹਮ ਲੋਕ ਬਿਹਾਰ ਕੇ ਕੋਈ ਜਾਣੇ ਕੇ ਲੀਏ ਸੰਭਵ ਹੋ ਰਹਾ ਚਾਹੀਏ, ਰਾਸ਼ਨ ਪਾਣੀ ਨਹੀਂ ਹਮ ਲੋਕ ਮਿਲਤਾ, ਨਹੀਂ ਖਾਣੇ ਕੋ ਮਿਲਤਾ, ਨਹੀਂ ਪੈਸਾ ਇੱਥੇ। ਆਪ ਲੋਕ ਕੋ ਕਿਤਨੇ ਮਹੀਨੇ ਹੋ ਗਏ ਇੱਧਰ ਆਏ ਹੋਏ? ਹਮ ਲੋਕ ਆਏ ਹੋਏ ਯਹਾਂ 5-6 ਮਹੀਨੇ ਹੋ ਗਿਆ। ਕਿਆ ਕਿਆ ਕੰਮ ਕਰਤੇ ਥੇ ਇੱਧਰ? ਇੱਧਰ ਕੰਮ ਕੀਆ ਹੈ, ਚਾਹੇ ਧਾਨ ਕੇ ਝੜਾਈ ਕੀਆ ਹੈ, ਗੰਨਾ ਕੇ ਛਿਲਾਈ ਕੀਆ ਹੈ, ਇਹ ਕੰਮ ਕੀਆ ਹੈ ਹਮ ਲੋਕ। ਅਭੀ ਕੋਈ ਕੰਮ ਨਹੀਂ ਇੱਧਰ ਕਿਸਾਨ ਕੇ ਪਾਸ? ਕੋਈ ਕੰਮ ਨਹੀਂ ਹੈ। ਅੱਛਾ। ਔਰ ਇਹ ਜਿਹੜੇ ਮਜ਼ਦੂਰ ਨੇ, ਇਹਨਾਂ ਦੀ ਖਾਣੇ ਦੀ ਪ੍ਰੋਬਲਮ ਤਾਂ ਇੰਨੀ ਨਹੀਂ ਹੈਗੀ, ਕਿਸਾਨ ਵਿਚਾਰੇ ਜਿਹੜੇ ਆ ਉਹ ਆਪਣੇ ਕੋਲ ਦੇਣ ਨੂੰ ਤਿਆਰ ਨੇ, ਪਰ ਇਹਨਾਂ ਦੀ ਬੜੀਆਂ ਸਮੱਸਿਆਵਾਂ ਨੇ, ਹੋਰ ਬੜੀਆਂ ਸਮੱਸਿਆਵਾਂ ਨੇ ਜਿਹੜੀ ਰਹਿਣ ਦੀ, ਜਿੱਦਾਂ ਸਰਕਾਰੀ ਹਦਾਇਤਾਂ ਨੇ ਵੀ 5 ਫੁੱਟ ਦੂਰ ਰਹਿਣਾ ਜਾਂ 1 ਮੀਟਰ ਦੂਰ ਰਹਿਣਾ, ਉਹ ਜਿਹੜੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਇਹਨਾਂ ਕੋਲ ਰਿਹਾਇਸ਼ ਦਾ ਕੋਈ ਮਤਲਬ ਸੁਵਿਧਾ ਨਹੀਂ ਹੈਗੀ। ਅਤੇ ਇਹ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਇੱਥੋਂ ਜਾਣਾ ਚਾਹੁੰਦੇ ਆ, ਅਤੇ ਸਾਡੀ ਅਪੀਲ ਇਹੋ ਸਰਕਾਰ ਨੂੰ ਕਿ ਸਰਕਾਰ ਇਹਨਾਂ ਦਾ ਇੰਤਜ਼ਾਮ ਕਰੇ ਅਤੇ ਇਹਨਾਂ ਦੇ ਜਾਣ ਦਾ ਜਿਹੜਾ ਉਹ ਪ੍ਰਬੰਧ ਕੀਤਾ ਜਾਵੇ। ਜਿਵੇਂ ਹੋਰ ਵੀ ਬਾਹਰ ਫਸੇ ਆ ਜਿਹੜੇ ਕਿਸਾਨਾਂ ਕੋਲ ਵੱਖ ਵੱਖ ਥਾਵਾਂ 'ਤੇ ਬੱਚੇ ਜਿਹੜੇ ਮਜ਼ਦੂਰ ਰਹਿ ਰਹੇ ਨੇ, ਇਹਨਾਂ ਦਾ ਪ੍ਰਬੰਧ ਜਿਹੜਾ ਜ਼ਰੂਰ ਕੀਤਾ ਜਾਵੇ ਜਾਣ ਦਾ। ਫੋਟੋ ਸਾਰੀ ਜ਼ਮੀਨ ਪਤਾ ਲੱਗ ਜਾਣਾ।